ਮੈਂ ਹੈਰਾਨ ਹਾਂ ਸਪੀਕਰ ਸਾਹਿਬ, ਉਹ ਆਪਣੀਆਂ ਮਾਵਾਂ, ਆਪਣੀਆਂ ਭੈਣਾਂ, ਆਪਣੀਆਂ ਬੱਚੀਆਂ ਨਾਲ ਪ੍ਰੋਮਿਸ ਕੀਤਾ, ਗਰੰਟੀ ਸੀ, ਸੋਲਮ ਗਰੰਟੀ ਆਫ ਕੇਜਰੀਵਾਲ ਸਾਹਿਬ ਕਿ 18 ਸਾਲ ਤੋਂ ਉੱਤੇ ਬੋਰੀਆਂ ਭਰਦੇ ਰਹੇ ਬੋਰੀਆਂ। ਮੇਰਾ ਇੱਕ ਮਿੱਤਰ ਹੈ, ਮੇਰੇ ਨਾਲ ਹੀ ਉਹ ਐਮ ਪੀ ਰਹੇ ਤੁਹਾਡੀ ਪਾਰਟੀ ਦੇ, ਦਿੱਲੀ ਦੇ ਵਿੱਚ ਰਾਜ ਸਭਾ ਦੇ, ਅਤੇ ਮੈਨੂੰ ਕਹਿਣ ਲੱਗੇ ਇਲੈਕਸ਼ਨਾਂ ਤੋਂ, ਰਿਜ਼ਲਟ ਆਉਣ ਤੋਂ ਪਹਿਲੇ, ਕਹਿੰਦੇ ਬਾਜਵਾ ਸਾਹਿਬ ਇਕੱਲੇ ਤੁਸੀਂ ਗੁਰਦਾਸਪੁਰ ਜਿੱਤ ਰਹੇ ਸੀ, ਉਹਦਾ ਅਸੀਂ ਤੁਹਾਡਾ ਪ੍ਰਬੰਧ ਵੀ ਕਰਤਾ। ਮੈਂ ਉਹ ਕਿਸ ਤਰ੍ਹਾਂ? ਕਹਿੰਦੇ ਜੀ ਫਾਰਮ ਭਰਾ ਭਰਾ ਕੇ ਔਰਤਾਂ ਕੋ ਕਿ ਅਸੀਂ 1000 ਰੁਪਈਆ ਮਹੀਨੇ ਦਾ ਤੁਹਾਨੂੰ ਦਿਆ ਕਰਾਂਗੇ, ਅਤੇ ਤੁਹਾਡੇ ਹਲਕੇ 'ਚ ਜਦੋਂ ਅਸੀਂ ਰਿਪੋਰਟ ਲਈ ਕਿ ਤੁਸੀਂ ਅਜੇ 8-10 ਹਜ਼ਾਰ ਵੋਟ 'ਤੇ ਅੱਗੇ ਹੋ, ਕਹਿੰਦੇ ਅਸੀਂ 24 ਬੋਰੀਆਂ ਉੱਥੇ ਉਹਦੀਆਂ ਭਰਾਈਆਂ ਔਰਤਾਂ ਦੇ ਪਿੰਡੋ ਪਿੰਡ ਘੱਲ ਕੇ, ਪਿੰਡੋ ਪਿੰਡ ਘੱਲ ਕੇ ਗੱਲ ਲਾ ਦਿਉ ਨੱਕੇ, ਇਹ ਬਾਜਵਾ ਨਹੀਂ ਜਿੱਤਣ ਦੇਣਾ। ਮੈਂ ਕਿਹਾ ਮਿਹਰਬਾਨੀ ਤੁਹਾਡੀ, ਤੁਸੀਂ ਸਾਡੇ ਕੁਲੀਗ ਰਹੇ ਹੋ, ਤੁਹਾਡੇ ਤੋਂ ਸਾਨੂੰ ਇਹੀ ਆਸਾਂ ਉਮੀਦਾਂ ਸੀ, ਨੇਕ ਬੰਦੇ ਇਹੀ ਕੰਮ ਯਾਰਾਂ ਦੋਸਤਾਂ ਨਾਲ ਕਰਦੇ ਹੁੰਦੇ ਨੇ, ਤਾਂ ਰਿਜ਼ਲਟ ਆਇਆ ਅਤੇ 3 ਨੰਬਰ 'ਤੇ ਤੁਹਾਡੀ ਜਮਾਤ ਆਈ। ਸੋ ਉਹ ਅਜੇ ਤੱਕ, ਉਹ ਅਜੇ ਤੱਕ ਇੰਤਜ਼ਾਰ ਕਰਦੀ ਹੈ ਦਿੱਲੀ ਵਿੱਚ, ਕਰ ਦਿੱਤਾ ਕੋਈ ਝੂਠਾ ਸੱਚਾ ਇੱਥੇ ਹੀ ਲਾਰਾ ਲਾ ਦਿੰਦੇ। ਮੈਂ ਹੈਰਾਨ ਹਾਂ ਸਪੀਕਰ ਸਾਹਿਬ, ਉਹ ਆਪਣੀਆਂ ਮਾਵਾਂ, ਆਪਣੀਆਂ ਭੈਣਾਂ, ਆਪਣੀਆਂ ਬੱਚੀਆਂ ਨਾਲ ਪ੍ਰੋਮਿਸ ਕੀਤਾ, ਗਰੰਟੀ ਸੀ, ਸੋਲਮ ਗਰੰਟੀ ਆਫ ਕੇਜਰੀਵਾਲ ਸਾਹਿਬ ਕਿ 18 ਸਾਲ ਤੋਂ ਉੱਤੇ ਬੋਰੀਆਂ ਭਰਦੇ ਰਹੇ ਬੋਰੀਆਂ। ਮੇਰਾ ਇੱਕ ਮਿੱਤਰ ਹੈ, ਮੇਰੇ ਨਾਲ ਹੀ ਉਹ ਐਮ ਪੀ ਰਹੇ ਤੁਹਾਡੀ ਪਾਰਟੀ ਦੇ, ਦਿੱਲੀ ਦੇ ਵਿੱਚ ਰਾਜ ਸਭਾ ਦੇ, ਅਤੇ ਮੈਨੂੰ ਕਹਿਣ ਲੱਗੇ ਇਲੈਕਸ਼ਨਾਂ ਤੋਂ, ਰਿਜ਼ਲਟ ਆਉਣ ਤੋਂ ਪਹਿਲੇ, ਕਹਿੰਦੇ ਬਾਜਵਾ ਸਾਹਿਬ ਇਕੱਲੇ ਤੁਸੀਂ ਗੁਰਦਾਸਪੁਰ ਜਿੱਤ ਰਹੇ ਸੀ, ਉਹਦਾ ਅਸੀਂ ਤੁਹਾਡਾ ਪ੍ਰਬੰਧ ਵੀ ਕਰਤਾ। ਮੈਂ ਕਿਹਾ ਉਹ ਕਿਸ ਤਰ੍ਹਾਂ? ਕਹਿੰਦੇ ਜੀ ਫਾਰਮ ਭਰਾ ਭਰਾ ਕੇ ਔਰਤਾਂ ਕੋ ਕਿ ਅਸੀਂ 1000 ਰੁਪਈਆ ਮਹੀਨੇ ਦਾ ਤੁਹਾਨੂੰ ਦਿਆ ਕਰਾਂਗੇ, ਅਤੇ ਤੁਹਾਡੇ ਹਲਕੇ 'ਚ ਜਦੋਂ ਅਸੀਂ ਰਿਪੋਰਟ ਲਈ ਕਿ ਤੁਸੀਂ ਅਜੇ 8-10 ਹਜ਼ਾਰ ਵੋਟ 'ਤੇ ਅੱਗੇ ਹੋ, ਕਹਿੰਦੇ ਅਸੀਂ 24 ਬੋਰੀਆਂ ਉੱਥੇ ਉਹਦੀਆਂ ਭਰਾਈਆਂ ਔਰਤਾਂ ਦੇ ਪਿੰਡੋ ਪਿੰਡ ਘੱਲ ਕੇ, ਪਿੰਡੋ ਪਿੰਡ ਘੱਲ ਕੇ ਗੱਲ ਲਾ ਦਿਉ ਨੱਕੇ, ਇਹ ਬਾਜਵਾ ਨਹੀਂ ਜਿੱਤਣ ਦੇਣਾ। ਮੈਂ ਕਿਹਾ ਮਿਹਰਬਾਨੀ ਤੁਹਾਡੀ, ਤੁਸੀਂ ਸਾਡੇ ਕੁਲੀਗ ਰਹੇ ਹੋ, ਤੁਹਾਡੇ ਤੋਂ ਸਾਨੂੰ ਇਹੀ ਆਸਾਂ ਉਮੀਦਾਂ ਸੀ, ਨੇਕ ਬੰਦੇ ਇਹੀ ਕੰਮ ਯਾਰਾਂ ਦੋਸਤਾਂ ਨਾਲ ਕਰਦੇ ਹੁੰਦੇ ਨੇ, ਤਾਂ ਰਿਜ਼ਲਟ ਆਇਆ ਅਤੇ 3 ਨੰਬਰ 'ਤੇ ਤੁਹਾਡੀ ਜਮਾਤ ਆਈ। ਸੋ ਉਹ ਅਜੇ ਤੱਕ, ਉਹ ਅਜੇ ਤੱਕ ਇੰਤਜ਼ਾਰ ਕਰਦੀ ਹੈ ਦਿੱਲੀ ਵਿੱਚ, ਕਰ ਦਿੱਤਾ ਕੋਈ ਝੂਠਾ ਸੱਚਾ ਇੱਥੇ ਹੀ ਲਾਰਾ ਲਾ ਦਿੰਦੇ। ਮੈਂ ਹੈਰਾਨ ਹਾਂ ਸਪੀਕਰ ਸਾਹਿਬ, ਉਹ ਆਪਣੀਆਂ ਮਾਵਾਂ, ਆਪਣੀਆਂ ਭੈਣਾਂ, ਆਪਣੀਆਂ ਬੱਚੀਆਂ ਨਾਲ ਪ੍ਰੋਮਿਸ ਕੀਤਾ, ਗਰੰਟੀ ਸੀ, ਸੋਲਮ ਗਰੰਟੀ ਆਫ ਕੇਜਰੀਵਾਲ ਸਾਹਿਬ ਕਿ 18 ਸਾਲ ਤੋਂ ਉੱਤੇ ਬੋਰੀਆਂ ਭਰਦੇ ਰਹੇ ਬੋਰੀਆਂ। ਮੇਰਾ ਇੱਕ ਮਿੱਤਰ ਹੈ, ਮੇਰੇ ਨਾਲ ਹੀ ਉਹ ਐਮ ਪੀ ਰਹੇ ਤੁਹਾਡੀ ਪਾਰਟੀ ਦੇ, ਦਿੱਲੀ ਦੇ ਵਿੱਚ ਰਾਜ ਸਭਾ ਦੇ, ਅਤੇ ਮੈਨੂੰ ਕਹਿਣ ਲੱਗੇ ਇਲੈਕਸ਼ਨਾਂ ਤੋਂ, ਰਿਜ਼ਲਟ ਆਉਣ ਤੋਂ ਪਹਿਲੇ, ਕਹਿੰਦੇ ਬਾਜਵਾ ਸਾਹਿਬ ਇਕੱਲੇ ਤੁਸੀਂ ਗੁਰਦਾਸਪੁਰ ਜਿੱਤ ਰਹੇ ਸੀ, ਉਹਦਾ ਅਸੀਂ ਤੁਹਾਡਾ ਪ੍ਰਬੰਧ ਵੀ ਕਰਤਾ। ਮੈਂ ਕਿਹਾ ਉਹ ਕਿਸ ਤਰ੍ਹਾਂ? ਕਹਿੰਦੇ ਜੀ ਫਾਰਮ ਭਰਾ ਭਰਾ ਕੇ ਔਰਤਾਂ ਕੋ ਕਿ ਅਸੀਂ 1000 ਰੁਪਈਆ ਮਹੀਨੇ ਦਾ ਤੁਹਾਨੂੰ ਦਿਆ ਕਰਾਂਗੇ, ਅਤੇ ਤੁਹਾਡੇ ਹਲਕੇ 'ਚ ਜਦੋਂ ਅਸੀਂ ਰਿਪੋਰਟ ਲਈ ਕਿ ਤੁਸੀਂ ਅਜੇ 8-10 ਹਜ਼ਾਰ ਵੋਟ 'ਤੇ ਅੱਗੇ ਹੋ, ਕਹਿੰਦੇ ਅਸੀਂ 24 ਬੋਰੀਆਂ ਉੱਥੇ ਉਹਦੀਆਂ ਭਰਾਈਆਂ ਔਰਤਾਂ ਦੇ ਪਿੰਡੋ ਪਿੰਡ ਘੱਲ ਕੇ, ਪਿੰਡੋ ਪਿੰਡ ਘੱਲ ਕੇ ਗੱਲ ਲਾ ਦਿਉ ਨੱਕੇ, ਇਹ ਬਾਜਵਾ ਨਹੀਂ ਜਿੱਤਣ ਦੇਣਾ। ਮੈਂ ਕਿਹਾ ਮਿਹਰਬਾਨੀ ਤੁਹਾਡੀ, ਤੁਸੀਂ ਸਾਡੇ ਕੁਲੀਗ ਰਹੇ ਹੋ, ਤੁਹਾਡੇ ਤੋਂ ਸਾਨੂੰ ਇਹੀ ਆਸਾਂ ਉਮੀਦਾਂ ਸੀ, ਨੇਕ ਬੰਦੇ ਇਹੀ ਕੰਮ ਯਾਰਾਂ ਦੋਸਤਾਂ ਨਾਲ ਕਰਦੇ ਹੁੰਦੇ ਨੇ, ਤਾਂ ਰਿਜ਼ਲਟ ਆਇਆ ਅਤੇ 3 ਨੰਬਰ 'ਤੇ ਤੁਹਾਡੀ ਜਮਾਤ ਆਈ। ਸੋ ਉਹ ਅਜੇ ਤੱਕ, ਉਹ ਅਜੇ ਤੱਕ
ਇੰਤਜ਼ਾਰ ਕਰਦੀਆਂ ਦਿੱਲੀ ਵਿੱਚ, ਕਰ ਦਿੱਤਾ ਕੋਈ ਝੂਠਾ ਸੱਚਾ ਇੱਥੇ ਹੀ ਲਾਰਾ ਲਾ ਦਿੰਦੇ।